ਸੇਵ ਠੀਕ ਹੈ ਨਾ ਸੋ ਐਕਚੁਅਲੀ ਕੰਸਰਨ ਕੀ ਸੀਗਾ ਕਿ ਇਕਨੋਮਿਕ ਕੰਸਰਨ ਦੇ ਵਿੱਚ ਜਦੋਂ ਤੁਸੀਂ ਡਬਲ ਇਨਕਮ ਫਾਰਮਰ ਦੀ ਗੱਲ ਕਰਦੇ ਹੋ ਦੈਟ ਕੰਪੋਨੈਂਟਸ ਕੈਨ ਬੀ ਸਕਿਪਡ ਠੀਕ ਹੈ ਵਾਟਰ ਸੇਵਿੰਗ ਸਾਡੀ ਫਾਰਮਰ ਨੂੰ ਇਨਕਮ ਡਬਲ ਕਿਵੇਂ ਕਰ ਸਕਦਾ ਇੱਕ ਟੇਬਲ ਉਹਦੇ ਨਾਲ ਕੰਸਰਨਡ ਜ਼ਰੂਰ ਚਾਹੀਦਾ ਜ਼ਰੂਰ ਚਾਹੀਦਾ ਕਿ ਦੀਜ਼ ਆਰ ਆਵਰ ਸੇਵਿੰਗ ਵਾਟਰ ਸੇਵਿੰਗ ਟੈਕਨੀਕਸ ਐਂਡ ਵੀ ਹੈਵ ਸੇਵਡ ਸੋ ਮਚ ਵਾਟਰ ਵਿਦ ਦਿਸ ਵਾਟਰ ਵੀ ਕੈਨ ਗੋ ਫਾਰ ਡਿਫਰੈਂਟ ਕ੍ਰੌਪਸ ਸਰ ਮੇਰੀ ਕੁਐਰੀ ਸਰ ਇੰਨਾ ਉਹ ਡਿਨਾਈ ਨਹੀਂ ਕਰਦੇ ਦੇ ਆ ਨਾ ਡਿਨਾਈ ਕਿ ਉਹਨਾਂ ਨੂੰ ਤੁਸੀਂ ਇਗਨੋਰ ਕਰ ਸਕਦੇ ਚਾਹੀਦੀ ਸੀ ਫਿਰ ਮਤਲਬ ਕੀ ਕਰਨਾ ਨਹੀਂ ਨਹੀਂ ਮੈਂ ਕੀ ਕਰਨਾ ਤੁਸੀਂ ਮੈਨੂੰ ਇੱਥੇ ਬਿਠਾ ਰਿਹਾ ਮੈਂ ਬੋਲ ਰਿਹਾ ਨਵਦੀਪ ਪਹਿਲੀ ਗੱਲ ਤਾਂ ਬੇਟੇ ਤੁਹਾਨੂੰ ਬਹੁਤ ਮੁਬਾਰਕਾਂ ਜਿਹੜੀ ਸਟੇਜ ਤੇ ਤੁਸੀਂ ਪੜ੍ਹ ਰਹੇ ਹੋ ਉਹਦੇ ਤੁਸੀਂ ਪੇਪਰ ਲਿਆਂਦਾ ਤੇ ਜਦੋਂ ਅਸੀਂ ਇੱਥੇ ਹੁੰਦੇ ਸ਼ਾਇਦ ਇਸ ਤਾਂ ਇੰਨਾ ਵੀ ਨਹੀਂ ਸੀ ਬੋਲ ਸਕਦੇ ਜਿੰਨਾ ਤਰੀਕੇ ਨਾਲ ਤੁਸੀਂ ਪ੍ਰੈਜੈਂਟ ਕੀਤਾ ਪਰ ਮੈਂ ਚਾਹੁੰਦਾ ਕਿ ਤੁਸੀਂ ਸਾਡੇ ਬੱਚੇ ਹੋ ਸਾਡੇ ਧੀਆਂ ਹੋ ਜਾਂ ਸਾਡੇ ਬੇਟੇ ਹੋ ਜ਼ਿਆਦਾ ਉਹ ਸਾਡੇ ਫਰੈਂਡ ਵੀ ਹੈਗੇ ਕੁਲੀਗ ਹੈਗੇ ਹੈ ਨਾ ਸਾਡੇ ਵਰਗੇ ਜਾਂ ਸਾਡੇ ਤੋਂ ਬਹੁਤ ਥੋੜ੍ਹੀ ਘੱਟ ਉਮਰ ਵਾਲੇ ਸਾਡੇ ਭਰਾ ਹੈਗੇ ਅਤੇ ਰੌਲਾ ਇਹ ਹੈਗਾ ਕਿ ਥੀਮ ਨਾਲ ਕਿਵੇਂ ਰਿਲੇਟ ਕਰੀ ਪੇਪਰ ਨੂੰ ਪੇਪਰ ਦੇ ਵਿੱਚ ਵਧੀਆ ਤੁਹਾਡੀ ਪ੍ਰੈਜੈਂਟੇਸ਼ਨ ਵਧੀਆ ਐਫਰਟ ਬਹੁਤ ਵਧੀਆ ਹੈਗੀ ਹੈ ਨਾ ਆਲ ਦਾ ਡਿਸੀਜਨ ਫਾਰ ਦੈਟ ਜਿਹੜਾ ਕੁਛ ਕਿਹਾ ਉਹ ਕੰਸਟਰਕਟਿਵਲੀ ਕਿਹਾ ਇਹ ਨਹੀਂ ਕਿ ਤੁਹਾਨੂੰ ਥੱਲੇ ਕਰਨ ਲਈ ਕਿਹਾ ਹੈਗਾ ਕੰਸਟਰਕਟਿਵਲੀ ਕਿਹਾ ਹੈਗਾ ਹੈ ਨਾ ਅਤੇ ਇੱਕ ਕੋਸ਼ਿਸ਼ ਕਰਨੀ ਅੱਗੇ ਨੂੰ ਕਿ ਆਪਦਾ ਕੇਸ ਆਪ ਡਿਫੈਂਡ ਕਰਨਾ ਤੁਹਾਨੂੰ ਪੁੱਛਦਾ ਤੁਸੀਂ 100 ਵਾਰੀ ਪੁੱਛੋ ਕਿਉਂ ਕਿਸੇ ਨੂੰ ਲੋੜ ਪਵੇ ਪੁੱਛਣ ਦੀ ਡਿਸਕਸ਼ਨ ਹੈ ਜੀ ਬਟ ਮੈਂ ਨਹੀਂ ਕਹਿੰਦਾ ਤੁਸੀਂ ਕਿਹਾ ਹੈਗਾ ਮੈਂ ਨਹੀਂ ਕਹਿੰਦਾ ਬੇਟੇ ਤੁਸੀਂ ਕਿਹਾ ਮੈਂ ਤਾਂ ਤੁਹਾਡੇ ਨਾਲ ਗੱਲ ਕਰਦਾ ਮੈਂ ਕਹਿੰਦਾ ਤੁਹਾਡਾ ਐਫਰਟ ਬਹੁਤ ਵਧੀਆ ਹੈਗੀ ਪਰ ਸਾਨੂੰ ਜਿਹੜੀ ਗੱਲ ਕਰਨੀ ਚਾਹੀਦੀ ਹੈ ਉਹ ਮਾਸਜ਼ ਨੂੰ ਖਿਆਲ 'ਚ ਰੱਖ ਕੇ ਗੱਲ ਕਰਨੀ ਚਾਹੀਦੀ ਹੈ ਹੈ ਅਤੇ ਜਿਹੜੀ ਗੱਲ ਹੈ ਉਹ ਡਿਮੋਨਸਟ੍ਰੇਟ ਵੀ ਕਰੇ ਉੱਥੇ ਕੁਛ ਗੱਲ ਜੇ ਟੈਕਨੋਲੋਜੀ ਦਾ ਰੌਲਾ ਹੈ ਕਿਹਦੇ ਨਾਲ ਪਾਣੀ ਵਜੂਗਾ ਕਿਹਦੇ ਨਾਲ ਨਹੀਂ ਵਜੂਗਾ ਉਹ ਟੈਕਨੋਲੋਜੀ ਬਾਰੇ ਵੀ ਗੱਲ ਹੋਣੀ ਚਾਹੀਦੀ ਹੈਗੀ ਹੈ ਨਾ ਉਹ ਤੁਹਾਨੂੰ ਹੈ ਸਰ ਇੱਕ ਚੀਜ਼ ਆ ਹਾਂਜੀ ਸਰ ਇੱਕ ਨਾ ਸਰ ਤੋਂ ਅਸੀਂ ਸਰ ਬਹੁਤ ਵਧੀਆ ਕੰਡਕਟ ਕਰਿਆ ਜੀ ਸੈਸ਼ਨ ਤੇ ਤੁਸੀਂ ਪ੍ਰੋਫੈਸਰ ਤੁਹਾਡਾ ਪੂਰਾ ਸਰ ਮਾਣ ਆ ਜੀ ਸਾਰਾ ਪ੍ਰੋਫੈਸਰ ਵਾਲੇ ਬੋਲਦਾ ਨਹੀਂ ਭਾਈ ਯਾਰ ਕੱਲ ਮੈਂ ਇਸ ਕੁਰਸੀ ਤੇ ਬੈਠਿਆ ਨੂੰ ਕਰੂੰ ਜੀ ਇੱਥੇ ਬੈਠਿਆ ਸਰ ਟੂ ਦੀ ਪੁਆਇੰਟ ਜੀ ਸਰ ਟੂ ਦੀ ਪੁਆਇੰਟ ਸੀ ਇੱਕ ਨਾ ਸਰ ਉਹ ਜਿਹੜੀ ਨਵਦੀਪ ਨੇ ਕੰਮ ਕਰਿਆ ਸੀ ਉਹਦੇ ਵਿੱਚ ਉਹਦੇ ਕੰਮ 'ਚ ਆਲਰੇਡੀ ਸ਼ੋ ਹੋ ਰਿਹਾ ਸੀ ਵਾਟਰ ਸੇਵਿੰਗ ਹੈਗੀ ਆ ਉਹਨੇ ਆਮ ਟ੍ਰਾਂਸਪਲਾਂਟਡ ਰਾਈਸ ਦੇ ਨਾਲ ਉਹਨੇ ਡਾਇਰੈਕਟ ਸੀਡ ਰਾਈਸ ਲਈ ਸੀ ਜਿਹਦੇ ਵਿੱਚ ਸਿੱਧੀ ਬਿਜਾਈ ਦੇ ਨਾਲ ਪਾਣੀ ਬਚਦਾ ਮੈਂ ਤਾਂ ਕਿਹਾ ਨਹੀਂ ਉਹਨੇ ਪਰ ਤੁਸੀਂ ਪਤਾ ਗਿਲ ਸਾਹਿਬ ਗਲਤ ਲੈ ਰਹੇ ਹੋ ਮੇਰਾ ਤਾਂ ਕੁਐਸਚਨ ਹੀ ਹੋਰ ਸੀ ਸਰ ਨਹੀਂ ਮੈਂ ਕੁਐਸਚਨ ਵੀ ਸੀ ਮੇਰਾ ਮੇਰੀ ਕਲੈਰੀਫਿਕੇਸ਼ਨ ਸੀ ਨਵਦੀਪ ਤੋਂ ਸਰ ਮੈਂ ਵੀ ਮੈਂ ਨਹੀਂ ਨਹੀਂ ਮੈਂ ਗਿਲ ਸਾਹਿਬ ਇਹਨਾਂ ਪਤਾ ਇਹ ਧੱਕਾ ਨਾ ਕਰੀ ਬਹਿਸ ਨਾ ਫਿਰ ਤਾਂ ਬਹਿਸ ਮਰ ਜੂਗੀ ਜੇ ਆਪਾਂ ਧੱਕਾ ਕਰਾਂਗੇ ਤੁਸੀਂ ਸਰ ਮੇਰੇ ਤਾਂ ਉਹ ਤੁਹਾਡੇ ਨਾਲ ਹੀ ਕਨਕਲੂਡ ਕਰੋ ਨਾ ਉਹਦੇ ਕੰਮ 'ਚ ਸਰ ਮੇਰੇ ਖਿਆਲ 'ਚ ਆਇਆ ਆਪਾਂ ਖਾਣੇ ਤੇ ਡਿਸਕਸ ਕਰ ਲਾਂਗੇ ਖਾਣਾ ਠੰਡਾ ਹੋ ਰਿਹਾ ਤੁਹਾਡੇ ਸਾਹਿਬ ਨਾਲ ਛੋਟੀ ਜਿਹੀ ਡਿਸਕਸ਼ਨ ਸੀ ਵੀ ਉਹ ਤੁਹਾਡੇ ਬਹਿਸ ਕਰ ਮੋਈ ਜਾਂਦੇ ਖਾਣਾ ਚਲੋ ਜੇ ਖਾਣਾ ਠੰਡਾ ਹੋ ਰਿਹਾ ਆਪਾਂ ਉੱਥੇ ਕਰਾਂਗੇ ਮੈਂ 2 ਮਿੰਟ 'ਚ ਇਹਨੂੰ 2 ਮਿੰਟ 'ਚ ਕਨਕਲੂਡ ਕਰਦਾ ਆਪਾਂ ਬਾਅਦ 'ਚ ਕਰਦੀ ਹੈ ਸੌਰੀ ਲੋਕਲ ਲੈਂਗੁਏਜ ਰੀਅਲੀ ਸੌਰੀ ਇਹ ਗੱਲ ਫਾਰਮਰ ਦੀ ਇਨਕਮ ਦੁੱਗਣੀ ਕਰਨ ਦੀ ਹੈਗੀ ਇਹਦੇ ਬਾਰੇ 2-3 ਗੱਲਾਂ ਨੇ ਸੋਚਣ ਵਾਲੀਆਂ ਜਿੰਨੇ ਤੁਸੀਂ ਪੇਪਰ ਪ੍ਰੈਜੈਂਟ ਕੀਤੇ ਨੇ ਉਹਦੇ ਲਈ ਸਾਰਿਆਂ ਲਈ ਤੁਹਾਨੂੰ ਬਹੁਤ ਵਧਾਈਆਂ ਪਰ ਜਿਹੜੀ ਸੋਚਣ ਵਾਲੀ ਗੱਲਾਂ ਨੇ ਇੱਕ ਤਾਂ ਪ੍ਰੋਡਕਟੀਵਿਟੀ ਦਾ ਹੈਗਾ ਐਤਕੀ ਤਾਂ 4% ਦੇ ਨਜ਼ਦੀਕ ਸਾਨੂੰ ਗਰੋਥ ਦਿਖਦੀ ਹੈ ਪਰ ਆਉਣ ਵਾਲੇ ਮੈਟਰੋਲੋਜੀ ਡਿਪਾਰਟਮੈਂਟ ਨੇ ਦੱਸਤਾ ਕਿ ਐਤਕੀ ਮੌਨਸੂਨ ਧੋਖਾ ਦਊਗੀ ਅਤੇ ਆਉਣ ਵਾਲੇ ਸਾਲਾਂ 'ਚ ਇਹ ਸਾਡੀ 4 ਦੇ ਕਦੇ ਕਦੇ 1 ਦੇ ਨੇੜੇ ਆ ਜਾਂਦੀ ਹੈ ਆਉਣ ਵਾਲੇ 5 ਸਾਲਾਂ 'ਚ ਸਾਡੀ ਪ੍ਰੋਡਕਸ਼ਨ ਕਿੰਨੀ ਵਧੂਗੀ ਦੂਜੀ ਗੱਲ ਇੱਕ ਇਕਨੋਮਿਸਟ ਨੇ ਜਿਹਨਾਂ ਨਾਂ ਹੈਗਾ ਡਾਕਟਰ ਰਣਜੀਤ ਸਿੰਘ ਘੁੰਮਣ ਉਹ ਕਹਿੰਦੇ ਨੇ ਐਗਰੀਕਲਚਰ ਪ੍ਰਾਈਸ ਪਾਲਿਸੀ ਨਾ ਤਾਂ ਐਗਰੀਰੀਅਨ ਕ੍ਰਾਈਸਿਸ ਦਾ ਕੋਈ ਕਾਰਨ ਹੈ ਨਾ ਇਹਦਾ ਹੱਲ ਹੈ ਮੇਰੀ ਉਹਨਾਂ ਨਾਲ ਸਹਿਮਤੀ ਹੈ ਮੇਰੇ ਕਲੀਗ ਨੇ ਮੇਰੇ ਫਰੈਂਡ ਨੇ ਸਹਿਮਤੀ ਕਿਉਂ ਹੈ ਕਿ ਸਾਨੂੰ ਆਉਣ ਵਾਲੇ ਟਾਈਮ 'ਚ ਆਮਦਨ ਦੁੱਗਣੀ ਕਰਨ ਲਈ ਐਗਰੀਕਲਚਰ ਪ੍ਰਾਈਸ ਪਾਲਿਸੀ ਵੱਲ ਧਿਆਨ ਦੇਣਾ ਪਊਗਾ ਮਿਨੀਮਮ ਸਪੋਰਟ ਪ੍ਰਾਈਸਿਸ ਦੀ ਜਗ੍ਹਾ ਸਾਨੂੰ ਰੈਮੂਨਰੇਟਿਵ ਪ੍ਰਾਈਸਿਸ ਵੱਲ ਆਉਣਾ ਪਊਗਾ ਉਹ ਪ੍ਰਾਈਸਿਸ ਇੰਨੇ ਹੋਣ ਜਿਹਦੇ ਨਾਲ ਲੋਕ ਜਿਉਂਦੇ ਰਹਿ ਜਾਣ ਅਤੇ ਇੱਕ ਹੋਰ ਇਕਨੋਮਿਸਟ ਨੇ ਜਿਹਨਾਂ ਨਾਂ ਡਾਕਟਰ ਸੁੱਚਾ ਸਿੰਘ ਗਿੱਲ ਹੈ ਉਹ ਕਹਿੰਦੇ ਕਿ ਖੇਤੀਬਾੜੀ ਦੇ ਵਾਇਬਲ ਹੋਣ ਲਈ 10 acres ਜ਼ਮੀਨ ਦਾ ਹੋਣਾ ਜ਼ਰੂਰੀ ਹੈ ਜਿਹੜੀ ਇੰਡੀਆ 'ਚ 5.2% ਫਾਰਮਰ ਕੋਲ ਹੈ ਮੇਰੀ ਉਹਨਾਂ ਨਾਲ ਵੀ ਸਹਿਮਤੀ ਹੈ ਕਾਰਨ ਕੀ ਹੈ ਕਿ ਜੇ ਅਸੀਂ ਇਸ ਤਰ੍ਹਾਂ ਕਰਨ ਲੱਗੇ ਤਾਂ ਫਿਰ ਸਾਨੂੰ ਬਹੁਤ ਲੋਕਾਂ ਨੇ ਤੋਂ ਕੱਢਣਾ ਪਊਗਾ ਜੇ ਇਹਨੂੰ ਕੱਢ ਕੇ ਲੱਗੇ ਤਾਂ ਜਾਣਗੇ ਕਿੱਥੇ ਇਸ ਲਈ ਸਾਨੂੰ ਜਪਾਨ ਤੋਂ ਸਾਬਕ ਸਿੱਖਦੇ ਹੋਏ ਜ਼ਮੀਨ ਐਕਚੁਅਲ ਕਲਟੀਵੇਟਰ ਨੂੰ ਦੇਣੀ ਪਊਗੀ ਇਹਦੇ ਨਾਲ ਨਾਲ ਜਿਹੜੇ ਸਾਡੇ ਭੈਣ ਭਰਾ ਇਹਨਾਂ ਯੂਨੀਵਰਸਿਟੀਆਂ 'ਚ ਕੰਮ ਕਰਦੇ ਨੇ ਇਹਨਾਂ ਨੂੰ ਸਿਰਫ ਤਨਖਾਹਾਂ ਤੱਕ ਨਾ ਸੀਮਤ ਕਰ ਦਈਏ ਤਨਖਾਹ ਵੀ ਉਡੀਕਣੀ ਨਾ ਪਵੀਏ ਇਹ ਸਗੋਂ ਇੰਨੇ ਫੰਡ ਦਈਏ ਕਿ ਸਾਨੂੰ ਕਰਕੇ ਸਾਡੀ ਕੋਸਟ ਆਫ ਕਲਟੀਵੇਸ਼ਨ ਨੂੰ ਘਟਾਉਣ ਅਤੇ ਜਿੱਥੇ ਹੁਣ ਅਸੀਂ 14% ਦੇ ਰਹੇ ਨੈਸ਼ਨਲ ਯੂਨੀਅਨ ਹੋ ਰਹੀ ਹੈ ਟਰਨਜ ਸਿਰਫ 8% ਦੇ ਰਿਹਾ ਹੈ ਸਾਨੂੰ ਜਿੱਥੇ ਕਾਰਪੋਰੇਸ਼ਨਾਂ ਨੂੰ 7 lakh crore ਰੁਪਏ ਤੋਂ ਉੱਪਰ ਦਾ ਰਾਈਟ ਆਫ ਸਬਸਿਡੀਜ਼ ਨੇ 7 lakh crore ਦੇ ਜਿਹੜੇ ਹੈਗੇ ਐਨ ਬੀ ਏ ਨੇ ਉਹਨਾਂ ਅਤੇ ਉਦੋਂ ਕਈ ਗੁਣਾ ਵੱਧ ਗੱਫੇ ਨੇ ਪ੍ਰੋਪਰਟੀ ਟ੍ਰਾਂਸਫਰ ਕਰਨ ਦੇ ਉਹਨੂੰ ਚੈੱਕ ਕਰਦੇ ਹੋਏ ਮਜੋਰਟੀ ਪਾਪੂਲੇਸ਼ਨ ਵਾਲੇ ਪਾਸੇ ਨੂੰ
ਆਉਣਾ ਪਊਗਾ ਤਾਂ ਹੀ ਕੁਛ ਇਹਦਾ ਕਲਿਆਣ ਹੋਊਗਾ, ਨਹੀਂ ਤਾਂ ਅਸੀਂ ਉਸ ਸੁਰਗ 'ਚ ਵੜ ਜਾਵਾਂਗੇ ਜੀ ਜੀ ਨੇਰਾ ਹੀ ਨੇਰਾ, ਵਾਪਸ ਆਉਣ ਦਾ ਰਾਹ ਨਹੀਂ ਹੈਗਾ। ਪਰ ਅਸੀਂ ਸੁਰਗਾਂ 'ਚ ਕਿਉਂ ਵੜੀਏ, ਅਸੀਂ ਓਪਨ 'ਚ ਕਿਉਂ ਨਾ ਰਹੀਏ, ਚੰਗੇ ਵੱਲ ਜਾਈਏ। ਕਹਿ ਰਹੇ ਨੇ ਕਿ ਰੋਟੀ ਉਡੀਕ ਰਹੀ ਹੈ, ਤੁਹਾਡੇ ਸਾਰਿਆਂ ਦਾ ਧੰਨਵਾਦ। ਥੈਂਕ ਯੂ ਵੈਰੀ ਮੱਚ, ਥੈਂਕ ਯੂ ਵੈਰੀ ਮੱਚ, ਕਿਉਂਕਿ ਆਪਣਾ ਅਗਲਾ ਸੈਸ਼ਨ ਵੀ ਸ਼ੁਰੂ ਕਰਨਾ ਹੈ। ਸੈਮੀਨਾਰ ਜਿਹੜੇ ਨੇ ਥੋਟ ਪ੍ਰੋਵੋਕਿੰਗ ਹੁੰਦੇ ਨੇ, ਇੱਥੋਂ ਖਿਆਲ ਅਸੀਂ ਉਪਜਾਉਣੇ ਨੇ, ਉਹਦੇ ਹੱਲ ਆਉਣ ਵਾਲੇ ਟਾਈਮ 'ਚ ਨਿਕਲਣੇ। ਸੋ ਸੈਮੀਨਾਰ ਦਾ ਪਰਪਸ ਹੁੰਦਾ ਕਿ ਕਿਸੇ ਨੇ ਕੁਛ ਕੀਤਾ, ਅਸੀਂ ਸਾਰੇ ਉਸ ਨੂੰ ਦੇਖ ਰਹੇ ਹਾਂ। ਡਾਕਟਰ ਬਿਆਨ ਸਿੰਘ ਖਾਣੇ ਤੋਂ ਬਾਅਦ ਵੀ ਆਪਾਂ ਇੱਥੇ ਹਾਂ।